ਹਮੇਸ਼ਾ ਦੀ 2 ਤਰੀਕ ਨੂੰ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਵੱਡੀ ਬਹੁ ਗਿਣਤੀ ਨੇ ਉਹਨਾਂ ਦੀ ਜਿਹੜਾ ਬਲਵਿੰਦਰ ਜੇਠੂ kia ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਰਦੀਪ ਸਿੰਘ ਰਾਮਪਰਾ ਨੂੰ ਅਹੁਦੇ ਤੋਂ ਖਾਰਜ ਕਰ ਦਿੱਤਾ ਤੇ ਨਾਲ ਉਹਨੂੰ ਵਾਰਨਿੰਗ ਦਿੱਤੀ ਕਿ ਜੇ 1 ਮਹੀਨਾ ਤੈਨੂੰ ਦਿੱਤਾ ਜੇ ਤੂੰ ਨਾ ਸੁਧਰਿਆ ਤਾਂ ਤੇਰੀ ਵੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇਗੀ ਇੱਕ ਸੈਬ ਸਿੰਘ ਬੜਵਰ ਇੱਕ ਬਾਹੂ ਸਿੰਘ ਖੁੱਡੀਕਲਾਂ ਉਹ ਪੋਸਟਾਂ ਪਾਉਣ ਦੇ ਆਦੀ ਸੀ ਜਿਹੜੀਆਂ ਵਿਵਾਦਤ ਪੋਸਟਾਂਾਂ ਉਹਨਾਂ ਦੀ ਮੈਂਬਰਸ਼ਿਪ ਨੂੰ ਅਸੀਂ ਖਾਰਜ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਸੂਬਾ ਕਮੇਟੀ ਦੀ ਮੀਟਿੰਗ ਹੋਈ ਤਾਂ ਮਨਜੀਤ ਨੇਰਵੀ ਵਿੱਚ ਸੀ ਬਲਵੰਤ ੁੱਪਣੀ ਵੀ ਵਿੱਚ ਸੀ ਕਲਵੰਤ ਕਿਸਨਗੜ੍ਹ ਵੀ ਵਿੱਚ ਸੀ ਮੰਨ ਕੇ ਗਏ ਆ ਉਹ ਫੈਸਲੇ ਨੂੰ ਕਿ ਇਹ ਫੈਸਲੇ ਨੂੰ ਅਸੀਂ ਮੰਨਾਂਗੇ ਪਰ ਬਾਹਰ ਜਾ ਕੇ ਬਾਗੀਆਂ ਵਾਲਾ ਰੋਕਾ ਅਖਤਿਆਰ ਕਰਕੇ ਉੱਥੇ ਸਪੀਕਰ ਲਾ ਕੇ ਸੂਬਾ ਕਮੇਟੀ ਦੇ ਖਿਲਾਫ ਬੜਾ ਕੁਝ ਉਹਨਾਂ ਨੇ ਬੋਲਿਆ ਬਾਗੀ ਹੋ ਗਏ ਜਥੇਬੰਦੀ ਤੋਂ ਪਰ ਅੱਜ ਅਸੀਂ ਫੈਸਲਾ ਕੀਤਾ ਸਾਰੇ ਜ਼ਿਲ੍ਹਿਆਂ ਦੀ ਰਾਏ ਦੇ ਨਾਲ ਕਿ ਇਹ ਜਿਹੜੇ ਤਿੰਨ ਆਗੂ ਹੈ ਇਹਨਾਂ ਨੂੰ ਵੀ ਜਥੇਬੰਦੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਅੱਜ ਤੋਂ ਬਾਅਦ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਤਾਂ ਆਪਣੇ ਆਪ ਹੀ ਚਲੇ ਗਏ ਸੀ ਪਰ ਫਿਰ ਵੀ ਜਨਤਾ ਭਲੇਖੇ ਦੇ ਵਿੱਚ ਸੀ ਅੱਜ ਅਸੀਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਮਨਜੀਤ ਨੇਰ ਬਲਵੰਤ ਟੁੱਪੜੀ ਕਰਵੰਤ ਕਿਸਾਨ ਗੜ ਸਾਡੇ ਜਥੇਬੰਦੀ ਦਾ ਹਿੱਸਾ ਨਹੀਂ ਹੈ ਇਹ ਅਸੀਂ ਅੱਜ ਫੈਸਲਾ ਕੀਤਾ ਹੁਣ ਸਾਡੀ ਦੋ ਤਰੀਕ ਨੂੰ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਵੱਡੀ ਬਹੁ ਗਿਣਤੀ ਨੇ ਉਹਨਾਂ ਦੀ ਜਿਹੜਾ ਬਲਵਿੰਦਰ ਜੇਠੂ ਕੇ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਰਦੀਪ ਸਿੰਘ ਰੰਮਪਰਾ ਨੂੰ ਅਹੁਦੇ ਤੋਂ ਖਾਰਜ ਕਰ ਦਿੱਤਾ ਤੇ ਨਾਲ ਉਹਨੂੰ ਵਾਰਨਿੰਗ ਦਿੱਤੀ ਕਿ ਜੇ 1 ਮਹੀਨਾ ਤੈਨੂੰ ਦਿੱਤਾ ਜੇ ਤੂੰ ਨਾ ਸੁਧਰਿਆ ਤਾਂ ਤੇਰੀ ਵੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇਗੀ ਇੱਕ ਸੈਬ ਸਿੰਘ ਬੜਵਰ ਇੱਕ ਬਾਹੂ ਸਿੰਘ ਖੁੱਡੀਕਲਾ ਉਹ ਪੋਸਟਾਂ ਪਾਉਣ ਦੇ ਆਦੀ ਸੀ ਜਿਹੜੀਆਂ ਵਿਵਾਦਕ ਪੋਸਟਾਂ ਉਹਨਾਂ ਦੀ ਮੈਂਬਰਸ਼ਿਸ਼ ਨੂੰ ਅਸੀਂ ਖਾਰਜ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਸੂਬਾ ਕਮੇਟੀ ਦੀ ਮੀਟਿੰਗ ਹੋਈ ਤਾਂ ਮਨਜੀਤ ਨੇਰਵੀ ਵਿੱਚ ਸੀ ਬਲਵੰਤ ੁੱਪਲੀ ਵੀ ਵਿੱਚ ਸੀ ਕਲਵੰਤ ਕਿਸਨਗੜ੍ਹ ਵੀ ਵਿੱਚ ਸੀ ਮੰਨ ਕੇ ਗਏ ਆ ਉਹ ਫੈਸਲੇ ਨੂੰ ਕਿ ਇਹ ਫੈਸਲੇ ਨੂੰ ਸੀ ਮੰਨਾਂਗੇ ਪਰ ਬਾਹਰ ਜਾ ਕੇ ਬਾਗੀਆਂ ਵਾਲਾ ਰੋਕਾ ਖਤਿਆਰ ਕਰਕੇ ਉੱਥੇ ਸਪੀਕਰ ਲਾ ਕੇ ਸੂਬਾ ਕਮੇਟੀ ਦੇ ਖਿਲਾਫ ਬੜਾ ਕੁਝ ਉਹਨਾਂ ਨੇ ਬੋਲਿਆ ਬਾਗੀ ਹੋ ਗਏ ਜੱਥੇਬੰਦੀ ਤੋਂ ਪਰ ਅੱਜ ਅਸੀਂ ਫੈਸਲਾ ਕੀਤਾ ਸਾਰੇ ਜ਼ਿਲ੍ਹਿਆਂ ਦੀ ਰਾਏ ਦੇ ਨਾਲ ਕਿ ਇਹ ਜਿਹੜੇ ਤਿੰਨ ਆਗੂ ਐ ਇਹਨਾਂ ਨੂੰ ਵੀ ਜੱਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਅੱਜ ਤੋਂ ਬਾਅਦ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਤਾਂ ਆਪਣੇ ਆਪ ਹੀ ਚਲੇ ਗਏ ਸੀ ਪਰ ਫਿਰ ਵੀ ਜਨਤਾ ਭਲੇਖੇ ਦੇ ਵਿੱਚ ਸੀ ਅੱਜ ਅਸੀਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਮਨਜੀਤ ਨੇਰ ਬਲਵੰਤ ਟੁੱਪੜੀ ਕਰਵੰਤ ਕਿਸੰਗੜ ਸਾਡੇ ਜਥੇਬੰਦੀ ਦਾ ਇਤਸਾਰ ਨਹੀਂ ਹੈ ਇਹ ਅਸੀਂ ਅੱਜ ਫੈਸਲਾ ਕੀਤਾ ਹੁਣ ਸਾਡੀ ਦੋ ਤਰੀਕ ਨੂੰ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਵੱਡੀ ਬਹੁ ਗਿਣਤੀ ਨੇ ਉਹਨਾਂ ਦੀ ਜਿਹੜਾ ਬਲਵਿੰਦਰ ਜੇਠੂ ਕੇ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਰਦੀਪ ਸਿੰਘ ਰੰਮਪਰਾ ਨੂੰ ਅਹੁਦੇ ਤੋਂ ਖਾਰਜ ਕਰ ਦਿੱਤਾ ਤੇ ਨਾਲ ਉਹਨੂੰ ਵਾਰਨਿੰਗ ਦਿੱਤੀ ਕਿ ਜੇ 1 ਮਹੀਨਾ ਤੈਨੂੰ ਦਿੱਤਾ ਜੇ ਤੂੰ ਨਾ ਸੁਧਰਿਆ ਤਾਂ ਤੇਰੀ ਵੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇਗੀ ਇੱਕ ਸੈਬ ਸਿੰਘ ਬੜਵਰ ਇੱਕ ਬਾਹੂ ਸਿੰਘ ਖੁੱਡੀਕਲਾ ਉਹ ਪੋਸਟਾਂ ਪਾਉਣ ਦੇ ਆਦੀ ਸੀ ਜਿਹੜੀਆਂ ਵਿਵਾਦਕ ਪੋਸਟਾਂ ਉਹਨਾਂ ਦੀ ਮੈਂਬਰਸ਼ਿਪ ਨੂੰ ਅਸੀਂ ਖਾਰਜ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਸੂਬਾ ਕਮੇਟੀ ਦੀ ਮੀਟਿੰਗ ਹੋਈ ਤਾਂ ਮਨਜੀਤ ਨੇਰਵੀ ਵਿੱਚ ਸੀ ਬਲਵੰਤ ੁੱਪਲੀ ਵੀ ਵਿੱਚ ਸੀ ਕਲਵੰਤ ਕਿਸਨਗੜ੍ਹ ਵੀ ਵਿੱਚ ਸੀ ਮੰਨ ਕੇ ਗਏ ਆ ਉਹ ਫੈਸਲੇ ਨੂੰ ਕਿ ਇਹ ਫੈਸਲੇ ਨੂੰ ਸਿ ਮੰਨਾਂਗੇ ਪਰ ਬਾਹਰ ਜਾ ਕੇ ਬਾਗੀਆਂ ਵਾਲਾ ਰੋਕਾ ਖਤਿਆਰ ਕਰਕੇ ਉੱਥੇ ਸਪੀਕਰ ਲਾ ਕੇ ਸੂਬਾ ਕਮੇਟੀ ਦੇ ਖਿਲਾਫ ਬੜਾ ਕੁਝ ਉਹਨਾਂ ਨੇ ਬੋਲਿਆ ਬਾਗੀ ਹੋ ਗਏ ਜੱਥੇਬੰਦੀ ਤੋਂ ਪਰ ਅੱਜ ਅਸੀਂ ਫੈਸਲਾ ਕੀਤਾ ਸਾਰੇ ਜ਼ਿਲ੍ਹਿਆਂ ਦੀ ਰਾਏ ਦੇ ਨਾਲ ਕਿ ਇਹ ਜਿਹੜੇ ਤਿੰਨ ਆਗੂ ਐ ਇਹਨਾਂ ਨੂੰ ਵੀ ਜੱਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਅੱਜ ਤੋਂ ਬਾਅਦ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਤਾਂ ਆਪਣੇ ਆਪ ਹੀ ਚਲੇ ਗਏ ਸੀ ਪਰ ਫਿਰ ਵੀ ਜਨਤਾ ਭਲੇਖੇ ਦੇ ਵਿੱਚ ਸੀ ਅੱਜ ਅਸੀਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਮਨਜੀਤ ਨੇਰ ਬਲਵੰਤ ਟੁੱਪੜੀ ਕਰਵੰਤ ਕਿਸੰਗੜ ਸਾਡੇ ਜਥੇਬੰਦੀ ਦਾ ਇਤਸਾਰ ਨਹੀਂ ਹੈ ਇਹ ਅਸੀਂ ਅੱਜ ਫੈਸਲਾ ਕੀਤਾ